ਵੱਧ ਤੋਂ ਵੱਧ ਨਗਰ ਕੀਰਤਨ ਜਿਹੜੇ ਹੈ ਹਰ ਹਲਕੇ ਦੇ ਵਿੱਚੋਂ ਕੋਸ਼ਿਸ਼ ਕਰੇ ਹਰ ਮੈਂਬਰ ਕਿ ਉਹ ਆਪਣੇ ਹਲਕਿਆਂ ਦੇ ਵਿੱਚੋਂ ਨਗਰ ਕੀਰਤਨ ਸਜਾ ਕੇ ਲੈ ਕੇ ਆਉਣ ਅਤੇ ਗੁਰੂ ਕਾ ਮਹਿਲ ਜਿਹੜਾ ਉਸ ਇਤਿਹਾਸ ਤੋਂ ਜਾਣੂ ਕਰਵਾਉਣ ਵਾਸਤੇ ਸੰਗਤਾਂ ਨੂੰ ਉੱਥੇ ਨਤਮਸਤਕ ਹੋਣ ਦਾ ਮੌਕਾ ਦੇ ਸਕਣ। ਸੋ ਜਿੰਨੀਆਂ ਵੀ ਸਮਾਜ ਸੇਵੀ ਸੰਸਥਾਵਾਂ ਹਨ, ਜਿੰਨੀਆਂ ਵੀ ਧਾਰਮਿਕ ਅਸਥਾਨ ਹਨ, ਜਿੰਨੀਆਂ ਵੀ ਸਿੰਘ ਸਭਾਵਾਂ ਹਨ ਜਾਂ ਸਾਡੇ ਮੈਂਬਰ ਸਾਹਿਬਾਨ ਹਨ, ਮੈਂ ਉਹਨਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦੀ ਹਾਂ ਕਿ ਵੱਧ ਤੋਂ ਵੱਧ ਜਿਹੜੇ ਨਗਰ ਕੀਰਤਨ ਹੈ ਉਹ ਆਪਣੇ ਆਪਣੇ ਇਲਾਕਿਆਂ 'ਚੋਂ ਧਾਰਮਿਕ ਸਥਾਨਾਂ ਤੋਂ ਸਜਾ ਕੇ ਲੈ ਕੇ ਆਉਣ ਤਾਂ ਜੋ ਸੰਗਤਾਂ ਜਿਹੜੀਆਂ ਉਸ ਗੁਰੂ ਕੇ ਮਹਿਲ ਨੂੰ ਆ ਕੇ ਨਤਮਸਤਕ ਹੋ ਸਕਣ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੀ। ਇਹ ਵੀ ਫੈਸਲਾ ਕੀਤਾ ਗਿਆ ਕਿ ਜਿਹੜਾ ਇਹ ਸਮਾਗਮ ਹੈ ਇਹ ਕਿਉਂਕਿ ਪ੍ਰਕਾਸ਼ ਉਤਸਵ ਹੈ, ਪ੍ਰਕਾਸ਼ ਉਤਸਵ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਾਰੇ ਸੰਸਾਰ ਦੇ ਲੋਕਾਂ ਵਿੱਚ ਸੁਨੇਹਾ ਦੇਣਾ, ਇਹਨੂੰ ਕਿੰਨੀ ਧੂਮਧਾਮ ਨਾਲ ਮਨਾਇਆ ਜਾਂਦਾ। ਜਦੋਂ ਅਸੀਂ ਖਾਲਸੇ ਦਾ ਸਿਰਜਣਾ ਦਿਵਸ ਮਨਾਇਆ ਸੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ, ਸਾਨੂੰ ਪਤਾ ਕਿ ਅਸੀਂ ਕਿੰਨੇ ਚਾਵਾਂ ਨਾਲ ਉੱਥੇ ਲਾਈਟਨਿੰਗ ਕੀਤੀ, ਕਿੰਨੀ ਸਜਾਵਟ ਕੀਤੀ। ਔਰ ਅਸੀਂ ਸਾਡੀ ਰੀਝ ਹੈ ਕਿ 13 ਅਪ੍ਰੈਲ ਤੋਂ ਲੈ ਕੇ 1 ਮਈ ਜਾਂ 10 ਮਈ ਪਿੱਛੇ ਅੱਗੇ ਤੱਕ ਜਾਏਗਾ, ਇਹ ਪੂਰਾ ਜਿਹੜਾ 13 ਅਪ੍ਰੈਲ ਤੋਂ ਪੂਰਾ ਡੈਕੋਰੇਟ ਕੀਤਾ ਜਾਵੇ, ਸਾਰੇ ਸ਼ਹਿਰ ਦੀਆਂ ਸੜਕਾਂ ਨੂੰ ਲਾਈਟਨਿੰਗ ਰਾਹੀਂ, ਫੁੱਲਾਂ ਰਾਹੀਂ, ਗੇਟਾਂ ਰਾਹੀਂ ਇਹਦੀ ਸਜਾਵਟ ਕੀਤੀ ਜਾਵੇ ਤਾਂ ਜੋ ਦੁਨੀਆ ਦੇ ਲੋਕ ਉਦੋਂ ਆਮਦ ਸ਼ੁਰੂ ਹੋ ਜਾਵੇ ਜਦੋਂ ਨਗਰ ਕੀਰਤਨ ਆਉਣ, ਉਹਨਾਂ ਨੂੰ ਮਹਿਸੂਸ ਹੋਵੇ ਕਿ ਅਸੀਂ ਉਸ ਪਵਿੱਤਰ ਸਥਾਨ 'ਤੇ ਆਏ ਹਾਂ ਜਿਸ ਅਸਥਾਨ 'ਤੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੈ। ਅਸੀਂ ਆਸ ਕਰਦੇ ਹਾਂ ਕਿ ਸਾਡੇ ਪਾਸਪੋਰਟ ਤਾਂ ਤਕਰੀਬਨ ਆ ਹੀ ਗਏ ਹੈ, ਭੇਜ ਰਹੇ ਹਾਂ ਅਸੀਂ। ਸਰਕਾਰ ਨੇ ਜੇ ਸਾਨੂੰ ਕੋਈ ਲਿਮਿਟ ਜੇ ਅਲਾਓ ਕੀਤਾ, ਜੇ ਸਰਕਾਰ ਨੇ ਕੋਈ ਕੰਡੀਸ਼ਨਾਂ ਲਾਈਆਂ, ਮੈਨੂੰ ਕਿਸੇ ਨੇ IB ਵਾਲੀ ਰਿਪੋਰਟ ਆਈ ਸੀਗੀ ਕਿ ਉਹ ਕਹਿੰਦੇ ਵੈਕਸੀਨੇਸ਼ਨ ਵਗੈਰਾ ਕਰਾ ਲਓ ਜਿਹਨਾਂ ਜਿਹਨਾਂ ਜਾਣਾ, ਉਹ ਤਾਂ ਜਦੋਂ ਸਾਨੂੰ ਉੱਥੋਂ ਗਵਰਨਮੈਂਟ ਆਫ ਇੰਡੀਆ ਤੋਂ ਚਿੱਠੀ ਆ ਗਈ, ਜਦੋਂ ਸਾਡੇ ਪਾਸਪੋਰਟ ਵੀਜ਼ੇ ਲਾ ਕੇ ਆ ਗਏ, ਫਿਰ ਹੀ ਅਸੀਂ ਕਹਾਂਗੇ। ਪਹਿਲਾਂ ਅਸੀਂ ਵੈਕਸੀਨੇਸ਼ਨਾਂ ਦੇ ਕਹਿਣ ਲੱਗ ਪਈਏ ਅਤੇ ਸੰਗਤ ਕਹੇਗੀ ਕਿ ਪਹਿਲਾਂ ਤਾਂ ਇਹ ਹੀ ਪਤਾ ਲੱਗਿਆ ਕਿ ਸਾਨੂੰ ਉੱਥੇ ਜਾਣ ਦਾ ਵੀ ਅਲਾਓ ਵੀ ਕਰਦੇ ਕਿ ਨਹੀਂ ਕਰਦੇ। ਸੋ ਇਸ ਕਰਕੇ ਜੇ ਸਰਕਾਰ ਵੱਲੋਂ ਕੋਈ ਅੜਚਣ ਨਾ ਹੋਈ ਤਾਂ ਜ਼ਰੂਰ ਜਥਾ 'ਤੇ ਜਾਏਗਾ। ਦੇਖੋ, ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਪ੍ਰਧਾਨ ਮੰਤਰੀ ਜੀ ਨੂੰ ਅਤੇ ਭਾਰਤ ਸਰਕਾਰ ਨੂੰ ਕਿ ਸਰਕਾਰ ਨੂੰ ਬੜਾ ਸੁਚੇਤ ਹੋਣਾ ਚਾਹੀਦਾ, ਬੜੀਆਂ ਜਾਨਾਂ ਜਾ ਰਹੀਆਂ ਨੇ, ਬੜੀਆਂ ਇੱਕ ਤਾਂ ਬਿਮਾਰੀ ਇੰਨੀ ਨਾ ਫੈਲ ਜਾਵੇ ਕਿ ਵੱਡਾ ਨੁਕਸਾਨ ਹੋ ਜਾਵੇ, ਅਤੇ ਨਾਲੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਬੜੇ ਚਾਵਾਂ ਨਾਲ ਸਾਰੀਆਂ ਸਰਕਾਰਾਂ ਵੀ ਮਨਾ ਰਹੀਆਂ। ਚੰਗਾ ਹੋਵੇ ਜੇ ਪ੍ਰਧਾਨ ਮੰਤਰੀ ਜੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਉਤਸਵ 'ਤੇ ਖੁਸ਼ੀਆਂ ਦੇ ਕੇ ਸਾਰੇ ਜਿਹੜੇ ਉਹਨਾਂ ਦੇ ਕਿਸਾਨਾਂ ਦੇ ਮਸਲੇ ਹੈ ਉਹ ਹੱਲ ਕਰ ਦੇਣ, ਤੋਂ ਆਪਣੇ ਘਰਾਂ 'ਚ ਆ ਸਕਣ ਅਤੇ ਇਸ ਬਿਮਾਰੀ ਦੇ ਇਸ ਲਾਮਤ ਦੇ ਜਿਹੜੇ ਆ ਉਹ ਕੋਈ ਸ਼ਿਕਾਰ ਨਾ ਹੋ ਸਕੇ। ਦੇਖੋ, ਇਹ ਤਾਂ ਮੈਂ ਦੇਖਿਆ ਜੀ, ਅੱਗੇ ਵੀ ਸਰਕਾਰ ਜਿਹੜੀ ਸੀਗੀ ਇਹਨਾਂ ਨੇ ਡਰਾ ਡਰਾ ਕੇ ਲੋਕਾਂ ਨੂੰ ਮਾਰ ਦਿੱਤੇ ਸੀ, ਫਿਰ ਵੀ ਆ 5-6 ਮਹੀਨੇ ਨਿਕਲੇ ਹੈ ਅਤੇ ਲੋਕ ਜਿਹੜੇ ਜਾ ਹੀ ਰਹੇ ਆ, ਕੋਈ ਗੁਰਦੁਆਰਿਆਂ 'ਚ ਵੀ ਇਕੱਠ ਹੋ ਰਹੇ ਆ। ਜਦੋਂ ਕਿਤੇ ਮਾੜੀ ਸੰਗਤ ਜਿਹੜੀ ਆਪਣੀ ਰੋਟੀ ਕਮਾਉਣ ਲੱਗਦੀ ਹੈ, ਦੇਖੋ ਰੋਜ਼ੀ ਰੋਟੀ ਕਮਾਉਣ ਵਾਸਤੇ ਹਰ ਇੱਕ ਨੇ ਆਪਣੇ ਦਫ਼ਤਰ ਵੀ ਜਾਣਾ, ਆਪਣੇ ਕਾਰੋਬਾਰ ਵੀ ਕਰਨੇ ਆ, ਪਰ ਇਹ ਜ਼ਰੂਰ ਹੈ ਕਿ ਜੇ ਇਸ ਬਿਮਾਰੀ ਦਾ ਕੋਈ ਵਾਧਾ ਹੋ ਰਿਹਾ ਤਾਂ ਅਹਤਿਆਤ ਸਾਨੂੰ ਵਰਤ ਲੈਣੀ ਚਾਹੀਦੀ, ਜਿਹੜੀ ਅਹਤਿਆਤ ਹੈ ਉਹ ਵਰਤਣੀ ਚਾਹੀਦੀ ਹੈ, ਨਾ ਕਿ ਅੱਗੇ ਵੀ ਅਸੀਂ ਬੜੇ ਸੰਕਟ ਵਿੱਚੋਂ ਲੰਘੇ, ਸਾਡੇ ਜਿੰਨੇ ਕਾਰੋਬਾਰ ਹੈ ਲੋਕਾਂ ਦੇ ਠੱਪ ਹੋ ਗਏ ਹੈ, ਜੇ ਅਸੀਂ ਥੋੜ੍ਹਾ ਜਿਹਾ ਅਹਤਿਆਤ ਵਰਤ ਲਾਂਗੇ, ਉਹ ਸਰਕਾਰ ਨੂੰ ਕਹਿਣਾ ਚਾਹੀਦਾ ਵੀ ਇਹਨਾਂ ਦੇ ਕੰਡੀਸ਼ਨ ਜਿਹੜੀਆਂ ਨੇ ਉਹਨੂੰ ਫੋਲੋ ਕਰੋ ਤਾਂ ਕਿ ਆਪਣੀ ਰੋਟੀ ਵੀ ਕਮਾ ਸਕਣ, ਲੋਕ ਕਾਰੋਬਾਰ ਵੀ ਚਲਾ ਸਕਣ ਅਤੇ ਉਹ ਆਪਣੀ ਜ਼ਿੰਦਗੀ ਨੂੰ ਵੀ ਸੌਖਾ ਬਣਾ ਸਕਣ। ਸਥਾਨ ਤੋਂ ਤਾਂ ਸਾਡੀ ਚਿੱਠੀ ਆ ਗਈ ਹੈ ਜੀ ਵੀ ਸਾਨੂੰ ਜਥਾ ਭੇਜੋ 12 ਤਰੀਕ ਤੋਂ ਲੈ ਕੇ 22 ਤਰੀਕ ਤੱਕ, 12 ਅਪ੍ਰੈਲ ਤੋਂ 22 ਤਰੀਕ, ਠੀਕ ਹੈ ਜੀ। ਇਹ ਅਸੀਂ ਭਾਰਤ ਸਰਕਾਰ ਤੋਂ ਵੀ ਆਸ ਕਰਦੇ ਹਾਂ ਕਿ ਸਾਨੂੰ ਨਹੀਂ ਰੋਕਣਗੇ, ਜੋ ਸ਼ਰਤਾਂ ਹੋਣਗੀਆਂ ਉਹ ਲਾ ਦੇਣਗੇ। ਅਸੀਂ ਆਪਣੇ ਜੋ ਸ਼ਰਧਾਲੂ ਹੈ ਉਹਨਾਂ ਨੂੰ ਦੱਸਦੇ ਹਾਂ ਕਿ ਜਿਨ੍ਹਾਂ ਨੇ ਜਾਣਾ ਹੈ ਉਹ ਆਪਣੀ ਤਿਆਰੀ ਕਰਕੇ ਜਾਣ ਤਾਂ ਜੋ ਕਿਸੇ ਕਿਸਮ ਦੀ ਕੋਈ ਅੜਚਣ ਨਾ ਪੈ ਸਕੇ। ਪੱਖੀ ਦਾ ਜਥਾ ਲਿਜਾਣ ਲਈ 12 ਅਪ੍ਰੈਲ ਤੋਂ ਲੈ ਕੇ 20 ਅਪ੍ਰੈਲ ਤੱਕ ਉੱਥੇ ਪਹੁੰਚਣ ਵਾਸਤੇ ਸਾਨੂੰ ਉਹਨਾਂ ਸੱਦਾ ਪੱਤਰ ਭੇਜ ਦਿੱਤਾ ਕਿ ਤੁਸੀਂ ਆਪਣਾ ਜਥਾ ਭੇਜੋ। ਅਸੀਂ ਹੁਣ ਜਲਦੀ, ਕਿਉਂਕਿ ਸਾਡੇ ਕੋਲ ਪਾਸਪੋਰਟ ਬਹੁਤੇ ਆ ਗਏ ਆ ਅਤੇ ਬਹੁਤੇ ਅਸੀਂ ਹੋਰ ਮੰਗਾ ਲਾਂਗੇ, ਜਿੰਨੇ ਪਾਸਪੋਰਟ ਹੋਣਗੇ ਅਸੀਂ ਅੰਬੈਸੀ ਭੇਜਾਂਗੇ, ਵੀਜ਼ੇ ਲੱਗਣਗੇ, ਭਾਰਤ ਸਰਕਾਰ ਜੋ ਸਾਨੂੰ ਹਦਾਇਤਾਂ ਕਰੇਗੀ, ਕੰਡੀਸ਼ਨਾਂ ਕਰੇਗੀ, ਉਸ ਹਿਸਾਬ ਦੇ ਨਾਲ ਅਸੀਂ ਜਥਾ ਭੇਜਾਂ। ਪਹਿਲਾਂ ਤਾਂ ਜੀ ਮੈਂ ਚਾਹੁੰਦੀ ਨਹੀਂ ਸੀ ਕਿ ਮੇਰੇ ਅੱਜ ਦਾ ਸਮਾਗਮ ਬੜਾ ਵੱਡਾ ਗੁਰਮਤਿ ਪ੍ਰਕਾਸ਼ ਜਿਹੜਾ ਸਮਾਗਮ ਸਾਡਾ ਹੈਗਾ, ਪਰ ਇੱਕ ਮੈਂ ਜ਼ਰੂਰ ਕਹਾਂਗੀ ਕਿ 4 ਸਾਲ ਤੋਂ ਅੱਗੇ ਪਹਿਲਾਂ ਲਾਰੇ ਲਾਉਂਦਿਆਂ ਨੂੰ ਹੋ ਗਏ,
पंजवां साल है जी। पहला नंबर एक तो सरकारी बसा चलदियाँ किनिया क, नंबर दो सरकारी बसा चढ़दा किन्ने क, ते ये अज दा समां जिहड़ा है वह लगता नहीं सानू उन्हां ते कोई विश्वास हो सके, क्योंकि चार साल पहला उन्होंने गुटखा साहब की सहुं खा के जो कुछ किया सी वो ते पूरा नहीं होया, अज दे बजट कित्थे पूरे हो जाणगे।